पटियाला दे भारत नगर विखे स्थित खालसा मिशन पब्लिक स्कूल है जो नौजवान पीढ़ी सिक्ख्या दे नाल जोड़न विच अपनी एक वक्री ही भूमिका निभा रहा है। जिते अजकल दे समय विच स्कूला कॉलेजा विच पढ़ाई महंगी हुंदी जा रही है उत्थे काफ़ी बच्चे सिक्ख्या तो वांझे रह जांदे ने, पर एक अजिहा स्कूल पटियाला दे विच स्थित है जो नौजवान पीढ़ी नूं मुफ्त सिक्ख्या प्रदान कर रहा है, नाल ही बच्चों नूं गुरबाणी नाले जोड़ रहा है। इस मौके खालसा मिशन पब्लिक स्कूल चला रहे रविंदर सिंह राणा गलबात की गई तो उन्हें की दसिया आओ जानते हाँ। सिक्ख्या नाल देश सजावांगे, देश नूं सुंदर बनावांगे, इहो जी सोच रखण वाले रविंदर सिंह राज जिन्हां वल्लों एक स्कूल चलाया जा रहा है जिस दे विच गरीब परिवार दे जिहड़े बच्चे आ उन्हां नूं मुफ्त सिक्ख्या प्रदान की जाती है ते नाल ही उन्हां नूं किताबां जिहड़ियां है वह भी मुफ्त दित्तियां जांदियां ने। साडे नाल मौजूद ने रविंदर सिंह राज, गलबात करदे आ उन्हां नाल। ਕਿੰਨਾ ਸਮੇਂ ਹੋ ਗਿਆ ਤੁਹਾਨੂੰ ਇਹ ਸਕੂਲ ਚਲਾਉਂਦਿਆਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਆਪ ਜੀ ਦਾ, ਆਪ ਜੀ ਦੇ ਚੈਨਲ ਦਾ। ਸੋ ਤਕਰੀਬਨ 4 ਸਾਲ ਹੋ ਗਏ ਵੀ ਜੀ ਸਾਨੂੰ ਇਹ ਸਕੂਲ ਸ਼ੁਰੂ ਕੀਤੇ ਹਨ ਜੀ। 2014 ਦੇ ਵਿੱਚ ਇਹ ਸਕੂਲ ਆਰੰਭ ਕੀਤਾ ਸੀਗਾ ਅਸੀਂ। 6 ਬੱਚਿਆਂ ਤੋਂ ਅਸੀਂ ਸ਼ੁਰੂ ਹੋਏ ਸੀਗੇ। ਅੱਜ ਸਾਡੇ ਕੋਲ 122 ਬੱਚੇ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਜਿਹੜੇ ਕਿ ਸੰਸਾਰਿਕ ਐਜੂਕੇਸ਼ਨ ਔਰ ਅਧਿਆਤਮਿਕ ਗਿਆਨ, ਗੁਰਬਾਣੀ ਦਾ ਗਿਆਨ, ਧਰਮ ਦਾ ਗਿਆਨ ਸਾਰਾ ਹੀ ਇਹਨਾਂ ਨੂੰ ਇਸ ਸਕੂਲ ਦੇ ਵਿੱਚ ਬਿਲਕੁਲ ਫ੍ਰੀ ਦਿੱਤਾ ਜਾਂਦਾ। ਜੇ ਪੈਟਰਨ ਦੀ ਗੱਲ ਕਰੀਏ, ਕਿਹੜੇ ਪੈਟਰਨ ਨਾਲ ਜਿਹੜਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ? ਪੈਟਰਨ ਅਸੀਂ CBSE ਰੱਖਿਆ ਜੀ, ਤਾਂ ਕਿ ਅੱਛੀ ਜਿਹੜੀ ਹੈਸੇ ਤਾਂ ਪੰਜਾਬ ਬੋਰਡ ਵੀ ਸਾਡਾ ਚੰਗਾ ਹੀ ਹੈ, ਪਰ ਸਾਡੀ ਇੱਕ ਸੋਚ ਹੈ ਕਿ ਅਸੀਂ ਵਧੀਆ ਤੋਂ ਵਧੀਆ ਪੜ੍ਹਾਈ ਹੈ ਜਿਹੜੀ ਬੱਚਿਆਂ ਨੂੰ ਦਿੱਤੀ ਜਾਵੇ। ਪੜ੍ਹਾਈ ਤੋਂ ਇਲਾਵਾ ਹੋਰ ਕਿਹੜੀਆਂ ਜਿਹੜੀਆਂ ਸੁਵਿਧਾਵਾਂ ਨੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਤੁਹਾਡੇ ਸਕੂਲ ਵੱਲੋਂ? ਪੜ੍ਹਾਈ ਤੋਂ ਇਲਾਵਾ ਦੇਖੋ ਜਿਸ ਤਰ੍ਹਾਂ ਡਰੈਸ ਵਗੈਰਾ ਹੋ ਗਈ, ਕਾਪੀਆਂ ਕਿਤਾਬਾਂ ਹੋ ਗਈਆਂ, ਇਹ ਵੀ ਤਕਰੀਬਨ ਮੋਸਟਲੀ ਬੱਚਿਆਂ ਨੂੰ ਇੱਥੋਂ ਸੰਸਥਾ ਵੱਲੋਂ ਹੀ ਸਾਡੇ ਦਿੱਤੀ ਜਾਂਦੀਆਂ। ਬਾਕੀ ਗੁਰੂ ਸਾਹਿਬ ਬਖਸ਼ਿਸ਼ ਕਰਨ, ਇੱਛਾ ਤਾਂ ਸਾਡੀ ਇੱਥੋਂ ਤੱਕ ਹੈ ਕਿ ਅਸੀਂ ਦੁਪਹਿਰ ਦਾ ਭੋਜਨ ਵੀ ਬੱਚਿਆਂ ਨੂੰ ਇੱਥੇ ਕਰਾ ਕੇ ਵੇਚੀਏ, ਦੁਪਹਿਰ ਦਾ ਲੰਗਰ ਵੀ ਇੱਥੋਂ ਬੱਚੇ ਛੱਕ ਕੇ ਜਾਣ, ਇੱਥੋਂ ਤੱਕ ਸਾਡੀ ਇੱਛਾ ਹੈ। ਬਾਕੀ ਗੁਰੂ ਸਾਹਿਬ ਕਿਰਪਾ ਕਰਨ, ਜਿਵੇਂ ਜਿਵੇਂ ਗੁਰੂ ਸਾਹਿਬ ਦੀ ਮਿਹਰ ਹੁੰਦੀ ਗਈ ਤਾਂ ਉਹ ਵੀ ਅਸੀਂ ਕਾਰਜ ਹੌਲੀ ਹੌਲੀ ਸ਼ੁਰੂ ਕਰ ਦਿਆਂਗੇ। ਇਹੋ ਜਿਹਾ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਵੇਂ ਤੁਸੀਂ ਦੱਸਿਆ 6 ਬੱਚੇ ਸੀਗੇ ਜਦੋਂ ਤੁਸੀਂ ਸ਼ੁਰੂ ਕੀਤਾ ਸੀ, ਅੱਜ 122 ਹੋ, ਕਿਹੋ ਜਿਹਾ ਮਹਿਸੂਸ ਹੁੰਦਾ ਤੁਹਾਨੂੰ? ਸਾਨੂੰ ਤਾਂ ਦੇਖੋ ਮਹਿਸੂਸ ਹੁੰਦਾ ਹੀ ਹੈ, ਬੜਾ ਅੱਛਾ ਮਹਿਸੂਸ ਹੁੰਦਾ ਵੀ ਚਲੋ ਗੁਰੂ ਸਾਹਿਬ ਨੇ ਸਾਨੂੰ ਸੇਵਾ ਦਿੱਤੀ, ਅਸੀਂ ਇਸ ਲਾਇਕ ਨਹੀਂ ਸੀਗੇ। ਅੱਜ ਦੇ ਜ਼ਮਾਨੇ ਦੇ ਵਿੱਚ ਆਪਣੇ ਬੱਚੇ ਪੜ੍ਹਾਉਣੇ ਬੜੇ ਔਖੇ ਹੈ, ਦੂਜਿਆਂ ਦੇ ਪੜ੍ਹਾਉਣ 'ਤੇ ਤਾਂ ਗੱਲ ਕੌਣ ਕਰਦਾ, ਪਰ ਗੁਰੂ ਸਾਹਿਬ ਨੇ ਸਾਨੂੰ ਇਸ ਲਾਇਕ ਸਮਝਿਆ, ਇਹ ਸੇਵਾ ਸਾਡੀ ਝੋਲੀ ਪਾਈ। ਪਰ ਮੈਂ ਦੱਸਣਾ ਚਾਹਾਂਗਾ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਦੇ ਪੇਰੈਂਟਸ ਜੋ ਕੁਝ ਮਹਿਸੂਸ ਕਰਦੇ ਨੇ ਉਹ ਬੜੀ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਕਿਉਂਕਿ ਬੱਚੇ ਬਹੁਤ ਸਾਰੇ ਐਸੇ ਸੀਗੇ ਜਿਹੜੇ ਮੈਂ ਦੇਖੇ ਇੱਥੇ ਵੀ ਜਿਹੜੇ ਸਕੂਲ ਨਹੀਂ ਸੀ ਜਾ ਰਹੇ ਪਹਿਲਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਹੈ। ਬੱਚੇ ਵਿਹਲੇ ਸੀਗੇ, ਉਮਰ ਵੀ ਉਹਨਾਂ ਦੀ 5-6 ਸਾਲ ਤੋਂ ਉੱਤੇ ਹੋ ਚੁੱਕੀ ਸੀ, ਪਰ ਅੱਜ ਦੀ ਤਾਰੀਖ ਦੇ ਵਿੱਚ ਬੱਚੇ ਸਾਰੇ ਇੱਥੋਂ ਦੇ ਬੱਚੇ ਨੇ ਜਿਹੜੇ ਗਿਆਨ ਲੈ ਰਹੇ ਨੇ, ਐਜੂਕੇਸ਼ਨ ਲੈ ਰਹੇ ਨੇ। ਕਿਵੇਂ ਤੁਹਾਡੇ ਕੋਲ ਜਿਹੜਾ ਫੰਡ ਰੇਂਜ ਤੁਸੀਂ ਕਰਦੇ ਹੋ, ਕੀ ਕਿਸੇ ਸੰਸਥਾ ਵੱਲੋਂ ਮਦਦ ਕੀਤੀ ਜਾਂਦੀ ਹੈ? ਨਹੀਂ ਭਾਅ ਜੀ, ਕਿਸੇ ਸੰਸਥਾ ਵੱਲੋਂ ਖਾਸ ਕੋਈ ਮਦਦ ਸਾਨੂੰ ਬਾਹਰੋਂ ਨਹੀਂ ਆ ਰਹੀ। ਖਾਲਸਾ ਪ੍ਰਚਾਰ ਮਿਸ਼ਨ ਸਾਡੀ ਆਪਣੀ ਸੰਸਥਾ ਹੈਗੀ ਹੈ, ਅਤੇ ਸਾਡੀ ਸੰਸਥਾ ਵੱਲੋਂ ਵੀ ਜੋ ਪ੍ਰਚਾਰ ਕੀਤਾ ਜਾਂਦਾ ਹੈ, ਜੋ ਸਟੇਜਾਂ ਤੋਂ ਬੋਲਿਆ ਜਾਂਦਾ ਹੈ, ਜਿੱਥੇ ਵੀ ਅਸੀਂ ਕੀਰਤਨ ਕਰਦੇ ਹਾਂ, ਸੰਗਤ ਨੂੰ ਦੱਸਦੇ ਹਾਂ, ਅਤੇ ਉਹਦੇ ਵਿੱਚੋਂ ਹੀ ਕੁਝ ਨਾ ਕੁਝ ਪਰਿਵਾਰ ਨੇ ਜਿਹੜੇ ਸਹਿਯੋਗ ਦੇਣ ਲਈ ਆ ਜਾਂਦੇ ਨੇ, ਉਹਦੇ ਨਾਲ ਹੀ ਸਾਡਾ ਜਿਹੜਾ ਕਾਰਜ ਹੈ ਇਹ ਚੱਲ ਰਿਹਾ। ਬਾਕੀ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਸਾਡਾ ਮਿਸ਼ਨ ਹੈ ਜਿਹੜਾ 12ਵੀਂ ਤੱਕ ਇਸ ਸਕੂਲ ਨੂੰ ਅਸੀਂ ਲੈ ਕੇ ਜਾਣਾ, ਹੁਣ 2nd ਕਲਾਸ ਤੱਕ ਅਸੀਂ ਪਹੁੰਚ ਚੁੱਕੇ ਹਾਂ, ਪਰ ਅੱਗੇ ਤਾਂ ਵਧਾਂਗੇ ਜੇ ਸੰਗਤਾਂ ਦਾ ਵੱਧ ਤੋਂ ਵੱਧ ਸਹਿਯੋਗ ਸਾਨੂੰ ਮਿਲੇਗਾ, ਕਿਉਂਕਿ ਬੱਚਿਆਂ ਤੋਂ ਅਸੀਂ ਕੋਈ ਫੀਸ ਲੈਣੀ ਨਹੀਂ, ਸਾਰੇ ਬੱਚੇ ਟੋਟਲੀ ਫ੍ਰੀ ਪੜ੍ਹਾਉਣੇ ਨੇ। ਪਰ ਮਾਇਆ ਤੋਂ ਬਿਨਾਂ ਵੀ ਗੱਡੀ ਚੱਲਦੀ ਨਹੀਂ ਭਾਅ ਜੀ, ਅਤੇ ਉਹ ਸੰਗਤ ਨੇ ਕਰਨਾ, ਸਾਡੀ ਇੰਨੀ ਹੈਸੀਅਤ ਵੀ ਅਸੀਂ ਇਕੱਲੇ ਕਰ ਸਕੀਏ ਜਿੱਥੋਂ ਤੱਕ ਵੀ ਇਹ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਆਪ ਜੀ ਸਹਿਯੋਗ ਦਿਓ, ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਤਾਂ ਕਿ ਆਪਾਂ ਇਸ ਸਿੱਖਿਆ ਦੇ ਕਾਰਜ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਵਰਨਣਯੋਗ ਹੈ ਕਿ 2014 ਵਿੱਚ ਇਹ ਸਕੂਲ ਸ਼ੁਰੂ ਕੀਤਾ ਗਿਆ ਸੀ, ਉਦੋਂ ਸਿਰਫ 6 ਬੱਚੇ ਹੀ ਪੜ੍ਹਦੇ ਸਨ, ਤੇ ਵਾਹਿਗੁਰੂ ਦੀ ਮਿਹਰ ਨਾਲ ਸਕੂਲ ਵਿੱਚ 122 ਬੱਚੇ ਮੁਫਤ ਪੜ੍ਹ ਰਹੇ ਹਨ ਤੇ ਗੁਰਬਾਣੀ ਦੇ ਨਾਲ ਜੁੜ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਮੌਜੂਦ ਨੇ। ਤੁਹਾਨੂੰ ਕਿੰਨਾ ਸਮੇਂ ਹੋ ਗਿਆ ਇੱਥੇ ਸਕੂਲ ਚਲਾਉਂਦੇ ਨੂੰ? ਸਕੂਲ ਵਿੱਚ 4 ਸਾਲ ਹੋ ਗਏ ਜੀ, ਤਕਰੀਬਨ 2014 ਤੋਂ ਸ਼ੁਰੂ ਹੋਇਆ ਸਕੂਲ, ਤੇ ਉਸ ਤੋਂ ਹੀ ਮਿਲ ਕੇ ਨਾਲ ਹੀ 10 ਦੀ ਸੇਵਾ ਲਾਤੀ ਸੀ 10 ਦੇ ਵੱਡੇ ਭਾਈ ਸਾਹਿਬ ਨੇ, ਭਾਈ ਰਵਿੰਦਰ ਸਿੰਘ ਰਾਜ, ਮੈਂ ਹਰਪ੍ਰੀਤ ਸਿੰਘ ਰਾਜ, ਅਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, 4 ਸਾਲ ਹੋ ਗਏ ਮੈਨੂੰ ਉੱਥੇ ਸੇਵਾ ਕਰਦੇ ਨੂੰ। ਅਤੇ ਕਿਸੇ ਸਰਕਾਰੀ ਅਦਾਰੇ ਨਾਲ ਤੁਹਾਡੀ ਗੱਲ ਹੋਈ ਹੋਵੇ, SGPC ਨਾਲ ਕੋਈ ਗੱਲ ਹੋਈ ਹੋਵੇ ਫੰਡਿੰਗ ਦੇ ਲਈ? ਨਹੀਂ ਵੀਰ ਜੀ, ਕੋਈ ਐਸੀ ਸਾਡੇ ਕਿਸੇ ਸਰਕਾਰੀ ਨੁਮਾਇੰਦੇ ਨਾਲ, ਕੋਈ SGPC ਨਾਲ, ਕਮੇਟੀ ਨਾਲ ਕੋਈ ਗੱਲ ਨਹੀਂ ਹੋਈ। ਹਾਲਾਂਕਿ ਅਸੀਂ ਕੋਈ ਕਾਨਫਰੰਸ 'ਤੇ ਜਾਂਦੇ ਹਾਂ, ਕੋਈ ਸੈਮੀਨਾਰ 'ਤੇ ਜਾਂਦੇ ਹਾਂ, ਪਰ ਉੱਥੇ ਬੁਲਾਰਿਆਂ ਵੱਲੋਂ ਬੜੀ ਉੱਚੀ ਉੱਚੀ ਬੋਲਿਆ ਜਾਂਦਾ ਵੀ ਆਪਾਂ ਨੂੰ ਐਜੂਕੇਸ਼ਨ ਲੈਵਲ 'ਤੇ ਕੰਮ ਕਰਨਾ ਚਾਹੀਦਾ,
क्योंकि यीशु महद मत को देखिए तो वह बहुत प्रचार करने एडुकेशन लेवल से, पर जो साड़ी बोलने की वारी आती भी असी एजुकेशन लेवल से सतगुरु साढ़े तो सेवा लै रहे हैं, साढ़े मोढ़े ला के काम करो, पर बाद चो फिर कोई हथ पला नहीं फड़ा, खाली गलों तक ही सीमित रह गए आप, मतलब कि कोई प्रैक्टिकल या ग्राउंड लेवल पर काम करने को तैयार नहीं होंगे। जिमें खालसा मिशन पब्लिक स्कूल है, खालसा के नाते स्कूल है, पंजाब दे विच जिहड़े बच्चे ने नौजवान ने वो पंजाबी नूं भुलदे जा रहे हैं, कि तुहाडे स्कूल च भी कोई इहो जिहा उपराला किया जा रहा है कि जिहड़ी पंजाबी है वह नौजवान पंजाबी ना भुलण, उहनूं याद रखण अपनी माँ बोली नूं? हाँ जी हाँ जी, बिल्कुल उपराला किया जा रहा है, क्योंकि देखो बाकी स्कूलों CBSE पैटर्न असीं रख्या हैगा, और बाकी CBSE जिहड़े स्कूल ने एफिलेटेड स्कूल ने उन्हां विच पंजाबी है वह जिहड़ी मोस्टली फस्ट क्लास या सैकेंड क्लास तो शुरू कराई जाती है, किसी कई स्कूलों तो पंजवीं तो शुरू कराई जाती है पंजाबी, पर असी जिहड़ी हैगी आ सोच रखी है भी नर्सरी तो ही बच्चे नूं पंजाबी शुरू करवा दी गई है, स्टार्टिंग सिलेबस है जो नर्सरी का बच्चे का उहदे विच असी पंजाबी ऐड कर दी गई है स्टार्टिंग तो ही, क्योंकि बच्चे लास्ट तक पंजाबी नूं पूरी तरह जिथे हिंदी पढ़ते हैं जिथे इंग्लिश पढ़ते हैं उत्थे पंजाबी भी उन्हां दी पूरी तरह परिपक्व हो सके। असैम्बली टाइम बच्चों नूं गुरबाणी का पाठ करवाया जाता, जपजी साहब का पाठ मोस्टली बच्चे कंठ करके सुनाउंदे ने, और दस गुरु साहबान के नाम हो गए, मतलब जो कि सिख धर्म की मुढ़ली जानकारी है और रोजाना ही बच्चों नूं रिपीट करवाई जाती है। जिथे इस स्कूल दे विच बच्चे वधिया विद्या हासिल करते हैं, नाम कमाते हैं, गुरबाणी दे नाल जोड़ते हैं। रविंदर सिंह होरां दे इस उपराले दे नाल जिथे अनेक ही बच्चों की जिंदगी सवर रही है, उत्थे उन्हां बच्चों के माँ बाप भी इस उपराले तो बहुत खुश ने। की आखते ने माँ बाप इस उपराले बारे, आओ जानते हाँ। साढ़े नाल कुछ पेरेंट्स भी मौजूद ने, उन्हां नाल गलबात करते हैं। की नाम है तुहाडा? मेरा नाम बीना। किहड़े स्कूल च तुहाडे बच्चे पढ़ते हैं? खालसा मिशन स्कूल च। कितना समय हो गया इत्थे बच्चों नूं पढ़दे? चार साल हो गए। फीस ली जाती है? कोई एडमिशन फीस लीती जाती है? नहीं नहीं, कुछ नहीं, फ्री पढ़ते हैं, गरीब हैं, पढ़ा नहीं सकते हैं, इस करके इन्होंने हेल्प किया वाहेगुरु जी ने। काफ़ी सपोर्ट है तुहानू मीने स्कूल दी? काफ़ी सपोर्ट है, हर चीज़ ड्रेस जो भी कुछ है सब यहीं से है, हमारे बच्चे पढ़ रहे हैं, अगो के अगो बढ़ रहे हैं, इन्हों का बहुत बहुत शुक्रिया, बहुत। सो जिमें कि रविंदर सिंह राज इस संस्था के विच योगदान पा रहे ने, एहो जे होनहार व्यक्तियों की साढ़े देश नूं लोड़ है, ताकि जिहड़ी आने वाली नौजवान पीढ़ी है वह विद्या तो वांझी ना रह सके। अमनदीप सिंह, अजीत वैब टीवी, पटियाला।